ਨਮਸਕਾਰ ਖਬਰਾਂ ਦੇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪੇਲਾਪੇਸ਼ਨੀ ਚੁੰਨਵੀਆਂ ਖਬਰਾਂ ਸੰਸਦਾਂ ਮਾਨਸੂਨੀ ਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਪਾਰਟੀ ਮੀਟਿੰਗ ਦੌਰਾਨ ਸੰਸਦ ਮੈਂਬਰਾਂ ਨੂੰ ਖਾਮਾਕੀ ਅਤੇ ਉਸਾਰੂ ਚਰਚਾ ਕਰਨ ਦਾ ਸੱਦਾ ਯੂਜੀਸੀ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਲਈ ਦਾਖਲਾ ਪ੍ਰਕਿਰਿਆ ਜਾਰੀ ਕੀਤੀ ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਠਾਪਿਆ ਮਹਾਰਾਸ਼ਟਰ ਦੇ ਨੰਦਰਬਾਰ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ 8 ਵਿਅਕਤੀਆਂ ਦੀ ਮੌਤ 15 ਜ਼ਖਮੀ ਕੋਲੰਬੋ ਦੇ ਵਿੱਚ ਖੇਡਿਆ ਗਿਆ ਲੜੀ ਦਾ ਪਹਿਲਾ ਇੱਕ ਦਿਨਾ ਕੁਮਾਰਤੀ ਕ੍ਰਿਕਟ ਮੈਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਦੇ ਫਰਕ ਦੇ ਨਾਲ ਹਰਾ ਕੇ ਆਪਣੀ ਨਾਕੀਤਾ ਉਨ ਖਬਰਾਂ ਵਿਸਥਾਰ ਨਾਲ ਸੰਸਦਾਂ ਮਾਨਸੂਨੀ اجلاس ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬੀਤੇ ਦਿਨ ਸਰਕਾਰ ਦੀ ਸੱਦੇਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਪਾਰਟੀ ਮੀਟਿੰਗ ਹੋਈ ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹਰੇਕ ਵਿਸ਼ੇ ਤੇ ਸੰਸਦ ਦੇ ਵਿੱਚ ਸਾਰਤਕ ਵਿਚਾਰ ਚਰਚਾ ਕਰਨ ਦੇ ਲਈ ਤਿਆਰ ਹੈ ਉਨ੍ਹਾਂ ਸਰਪਾਰਟੀ ਮੀਟਿੰਗ ਦੇ ਵਿੱਚ ਸੰਸਦੀ ਮੈਂਬਰਾਂ ਨੂੰ ਹਾਂ ਪੱਕੀ ਅਤੇ ਉਸਾਰੂ ਚਰਚਾ ਕਰਨ ਤੇ ਜ਼ੋਰ ਦਿੱਤਾ ਵਿਰੋਧੀ ਪਾਰਟੀਆਂ ਨੂੰ ਪ੍ਰੋਸਾ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ਦੇ ਨਿਯਮਾਂ ਮੁਤਾਬਿਕ ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਤਿਆਰ ਹੈ ਸਰਪਾਰਟੀ ਮੀਟਿੰਗ ਦੌਰਾਨ 33 ਸਿਆਸੀ ਪਾਰਟੀਆਂ ਦੇ 40 ਤੋਂ ਵੱਧ ਆਗੂਆਂ ਨੇ ਭਾਗ ਲਿਆ ਇਨ੍ਹਾਂ ਵਿੱਚ ਰ ਰੱਖਿਆ ਮੰਤਰੀ ਰਾਜਨਾਥ ਸਿੰਘ ਵਨਜ ਤੇ ਸੰਨਿਤ ਮੰਤਰੀ ਪਿਊਸ਼ ਗੋਇਲ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇਤਾ ਦੀਪ ਰੰਜਨ ਚੌਧਰੀ ਤ੍ਰਿਮੂਲ ਕਾਂਗਰਸ ਦੇ ਸੰਸਦ ਮੈਂਬਰ ਡਾਰਵੇ ਕੋਬਰਾਇਨ ਅਤੇ ਡੀਐਮਕੇ ਤਿਰੂਚੀ ਸਿਵਾ ਸ਼ਾਮਲ ਸਨ ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਦੀ ਆਗੂਆਂ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਕਾਰਵਾਈ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਆਪੋ ਆਪਣੇ ਸੁਝਾਅ ਦਿੱਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਪਹਿਲਾ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਤਾਬਿਕ ਸਾਰੇ ਆਗੂਆਂ ਵੱਲੋਂ ਸੰਸਦ ਦੀ ਕਾਰਵਾਈ ਬਿਹਤਰ ਢੰਗ ਦੇ ਨਾਲ ਚਲਾਉਣ ਦੇ ਲਈ ਕੀਮਤੀ ਸੁਝਾਅ ਦਿੱਤੇ ਗਏ ਨੇ ਛੇ ਆਰਡੀਨੈਂਸ ਔਰ ਕਰੀਬਨ 23 बिल्स है इसमें कई बिलों का नोटिस आ गए कई कई बिलों का प्रोसेस होकर आना पेंडिंग है ओवरऑल जो डिपार्टमेंट से विविध मंत्रालय से जो हमारे पास आए हुए हैं वो 29 बिल है और दो फाइनेंशियल बिजनेस है

ਸਰਕਾਰ ਦੀ এজেন্ডੀ ਮੁਤਾਬਕ ਇਸ اجلاس ਦੌਰਾਨ 3 ਬਿੱਲ ਪੇਸ਼ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ 6 ਬਿੱਲ ਆਰਡੀਨੈਂਸਾਂ ਦਾ ਸਥਾਨ ਲੈਣਗੇ ਅਤੇ 2 ਬਿੱਲ ਵਿਤੀ ਕਮਕਾਸ਼ ਦੇ ਨਾਲ ਸੰਬੰਧਿਤ ਹੋਣਗੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਲਈ ਦਾਖਲਾ ਪ੍ਰਕਿਰਿਆ ਚਾਰਹੀ ਕੀਤੀ ਹੈ UGC ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ ਮੁਤਾਬਕ ਕੇਂਦਰੀ ਯੂਨੀਵਰਸਿਟੀਆਂ ਕਾਦਮਿਕ ਸੈਸ਼ਨ 2021-22 ਦੇ ਲਈ ਵਿਦਿਆਰਥੀਆਂ ਦੇ ਦਾਖਲੇ ਦੇ ਲਈ ਪਿਛਲੇ ਸੈਸ਼ਨ ਦੀ ਪ੍ਰਕਿਰਿਆ ਨੂੰ ਅਪਣਾ ਸਕਦੀਆਂ ਨੇ ਕਮਿਸ਼ਨ ਵੱਲੋਂ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ UGC ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਕਾਦਮਿਕ ਸੈਸ਼ਨ 2022-23 ਦੇ ਲਈ ਸਾਂਝੀ ਦਾਖਲਾ ਪ੍ਰੀਖਿਆ ਲੈ ਸਕਦੀਆਂ ਨੇ कांग्रेस पार्टी ने नवजोत सिंह सिद्धू ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਠਾਪਿਆ ਹੈ नवजोत सिंह ਸਿੱਧੂ ਨੂੰ ਸੁਨੀਲ ਜਾਖੜ ਦੇ ਸਥਾਨ ਤੇ ਪੀਪੀ ਸੀਸੀ ਦਾ ਪ੍ਰਧਾਨ ਚੁਣਿਆ ਗਿਆ ਹੈ ਕਾਂਗਰਸ ਪਾਰਟੀ ਦੀ ਪ੍ਰਧਾਨ 소ਨੀਆ ਗਾਂਧੀ ਵੱਲੋਂ ਬੀਤੀ ਰਾਤ ਸਿੱਧੂ ਨੂੰ ਪ੍ਰਧਾਨ ਠਾਪ ਕੇ ਚੰਦਰਾਸਮੀ ਐਲਾਨ ਕੀਤਾ ਗਿਆ ਕਾਂਗਰਸ ਵੱਲੋਂ ਜਾਰੀ ਬਿਆਨ ਮੁਤਾਬਕ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆ ਸੁਖਵਿੰਦਰ ਸਿੰਘ ਡੈਨੀ ਕੁਲਜੀਤ ਸਿੰਘ ਨਾਗਰਾ ਤੇ ਪਵਨ ਗੋਇਲ ਨੂੰ ਕਾਜਕਾਰੀ ਪ੍ਰਧਾਨ ਲਗਾਇਆ ਗਿਆ ਹੈ ਪਾਰਟੀ ਦੇ ਜਰਨਲ ਸਕੱਤਰ ਕੇ ਸੀ ਵੀਨੂ ਗੋਪਾਲ ਬਲੋਚਾਰੀ ਪ੍ਰੈਸ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੀ ਆਗਾਮੀ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਕੇਂਦਰੀ ਪ੍ਰithvi ਵਿਗਿਆਨ ਮੰਤਰੀ ਡਾਕਟਰ ਜਤਿੰਦਰ ਸਿੰਘ ਵੱਲੋਂ ਕੱਲ ਮੌਸਮ ਵਿਭਾਗ ਦੇ ਹੈੱਡਕੁਆਰਟਰ ਵਿਖੇ ਮੌਨਸੂਨ ਦੇ ਤਾਜ਼ਾ ਰੂਚਨਾ ਦਾ ਜਾਇਜ਼ਾ ਲਿਆ ਗਿਆ। ਕੇਂਦਰੀ ਮੰਤਰੀ ਨੇ ਨਵੀਂ ਦਿੱਲੀ ਦੇ ਮੌਸਮ ਵਿਭਾਗ ਦੇ ਮੁਖ ਦਫ਼ਤਰ ਵਿਖੇ ਸੈਟੇਲਾਈਟ ਅਤੇ ਰਡਾਰ ਸੈਕਸ਼ਨਾਂ ਦਾ ਦੌਰਾ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੌਸਮ ਦੀ ਅਸਲ ਸਮੇਂ ਦੀ ਜਾਣਕਾਰੀ ਪ੍ਰਕਿਰਿਆ ਤੇ ਕੱਲ ਬਾਤ ਕੀਤੀ। ਵਿਭਾਗ ਦੇ ਅਧਿਕਾਰੀਆਂ ਨੇ ਡਾਕਟਰ ਜਤਿੰਦਰ ਸਿੰਘ ਨੂੰ ਮੌਸਮ ਦੀ ਜਾਣਕਾਰੀ ਦੇ ਲਈ ਵਰਤੇ ਜਾ ਰਹੇ ਆਧੁਨਿਕ ਅਤੇ ਨਮੂਨੇ ਦੇ ਉਪਕਰਨਾਂ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਦੇਸ਼ ਭਾਰਤ ਵਿੱਚ ਮੌਸਮ ਵਿਭਾਗ ਦੇ ਸਾਈ ਰਡਾਰ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਗਿਣਤੀ ਆਉਣ ਵਾਲੇ ਸਾਲਾਂ ਦੇ ਵਿੱਚ ਵਧਾ ਕੇ ਪੰਜਾਬ ਤੱਕ ਕੀਤੀ ਜਾਵੇਗੀ ਮੌਸਮ ਭਵਿਕ ਬਾਣੀ ਨੂੰ ਇੱਕ ਗੁੰਜਲਦਾਰ ਪ੍ਰਕਿਰਿਆ ਦੱਸਦਿਆਂ ਡਾਕਟਰ ਜਤਿੰਦਰ ਸਿੰਘ ਨੇ ਸਾਇੰਸ ਸਟਾਨਾ ਨੂੰ ਮੌਸਮ ਦੀ ਵਧੇਰੇ ਸਟੀਕ ਭਵਿਕ ਬਾਣੀ ਕਰਨ ਲਈ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਖੇਤੀਬਾੜੀ ਅਤੇ ਕੁਦਰਤੀ ਆਫਤਾਂ ਦੇ ਲਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਅਧਿਕਾਰੀਆਂ ਨੂੰ ਕਿਹਾ ਇਸ ਮੌਕੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮਰੁਤੰਜਾ ਮਹਾਪਾਤਰਾ ਨੇ ਜੂਨ ਮਹੀਨੇ ਦੌਰਾਨ ਮੌਨਸੂਨ ਦੀ 10% ਵਧੇਰੇ بارش ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਬੀਤੇ ਦਿਨ ਤੱਕ ਜੁਲਾਈ ਮਹੀਨੇ ਦੌਰਾਨ ਮੌਨਸੂਨ ਦੀਆਂ بارشਾਂ ਦੇ ਵਿੱਚ 26% ਕਮੀ ਦੇਖੀ ਜਾ ਰਹੀ ਹੈ। ਮਹਾਰਾਸ਼ਟਰ ਦੇ ਨੰਦਰਬਾਰ ਜ਼ਿਲ੍ਹੇ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ 8 ਵਿਅਕਤੀ ਮਾਰੇ ਗਏ ਤੇ 15 ਜ਼ਖਮੀ ਹੋਏ ਨਹੀਂ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਤਕਰੀਬਨ 2 ਦਰਜਨ ਲੋਕਾਂ ਨੂੰ ਲੈ ਜਾ ਰਿਹਾ ਇੱਕ ਵਾਹਨ ਅਚਾਨਕ ਇੱਕ ਡੂੰਗੀ ਖੜ ਵਿੱਚ ਡਿੱਗਿਆ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰਾਨਮਲ ਅਤੇ ਮਹਸਵਾਦ ਦੇ ਹਸਪਤਾਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਾਦਤ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟਾਇਆ ਤੇ ਨਾਲ ਹੀ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਪ੍ਰਧਾਨ ਮੰਤਰੀ ਨੇ ਕੋਮੀ ਰਾਹਤ ਕੋਸ਼ ਵਿੱਚੋਂ ਮ੍ਰਿਤਕਾਂ ਦੇ ਵਾਰਸਾਂ ਦੇ ਲਈ 2-2 ਲੱਖ ਤੇ ਜ਼ਖਮੀਆਂ ਦੇ ਲਈ 50-50 ਹਜ਼ਾਰ ਰੁਪਏ ਦੀ مالی ਮਦਦ ਦਾ ਵੀ ਐਲਾਨ ਕੀਤਾ ਸਾਊਦੀ ਅਰਬ ਦੇ ਵਿੱਚ ਸਾਲਾਨਾ ਪੰਜ ਦਿਨਾ ਹਾਜ ਯਾਤਰਾ ਕਾਲ ਤੋਂ ਸ਼ੁਰੂ ਹੋ ਗਈ ਹੈ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਵੇਰੇ ਹਾਜੀਆਂ ਦੀ ਗਿਣਤੀ ਵਿੱਚ ਆਮ ਨਾਲੋਂ ਕਮੀ ਦੀ ਸੰਭਾਵਨਾ ਜਤਾਈ ਗਈ ਹੈ ਸਾਊਦੀ ਪ੍ਰਸ਼ਾਸਨ ਨੇ 18 ਤੋਂ 60 ਸਾਲ ਉਮਰ ਵਰਗ ਦੇ 60000 ਤੋਂ ਵੱਧ ਲੋਕਾਂ ਨੂੰ ਸਲਾਣਾ ਹਜ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ ਹਰੇਕ ਹਾਜੀ ਪਵਿੱਤਰ ਸ਼ਹਿਰ ਮੱਕਾ ਤੋਂ ਆਪਣਾ ਹਜ ਸ਼ੁਰੂ ਕਰਕੇ ਮੀਨਾ ਤੋਂ আরাਫਾਤ ਦੇ ਮੈਦਾਨ ਦੇ ਲਈ ਜਾਣਗੇ ਜਿੱਥੇ ਅਗਲੇ ਦਿਨ ਹਜ ਦੀ ਨਵਾਜ਼ ਅਦਾ ਕੀਤੀ ਜਾਵੇਗੀ 사우ਦੀ ਪ੍ਰਸ਼ਾਸਨ ਨੇ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਸੰਬੰਧੀ ਨਿਯਮਾਂ ਦੇ ਵਿੱਚ ਸਖਤੀ ਲਿਆਂਦੀ ਹੈ ਪ੍ਰਸ਼ਾਸਨ ਵੱਲੋਂ ਹਜ ਕਰਨ ਵਾਲੀ ਹਰੇਕ ਵਿਅਕਤੀ ਦੇ ਲਈ ਟੀਕਾ ਕਰਨ ਦੀ ਸ਼ਰਤ ਵੀ ਰੱਖੀ ਗਈ ਹੈ ਸਾਲ 2019 ਵਿੱਚ ਕਰੋਨਾ ਮਹਾਮਾਰੀ ਤੋਂ ਪਹਿਲਾਂ 25 ਲੱਖ ਭਾਰਤੀਆਂ ਵੱਲੋਂ ਹਜ ਦੀ ਯਾਤਰਾ ਕੀਤੀ ਗਈ ਸੀ ਭਾਰਤ ਦੇ ਜਯਾਨਗਰ ਅਤੇ ਨੇਪਾਲ ਦੇ ਕੂਰਥਾ ਵਿਚਾਲੇ ਰੇਲ ਸੇਵਾ ਦਾ ਸਫਲਤਾਪੂਰਵਕ ਪਰਖਣ ਕੀਤਾ ਗਿਆ ਹੈ ਭਾਰਤ ਅਤੇ ਨੇਪਾਲ ਦੇ ਦੋਵਾਂ ਸ਼ਹਿਰਾਂ ਵਿਚਾਲੇ ਇਸ ਰੇਲ ਲਿੰਕ ਦੀ ਲੰਬਾਈ 34.5 ਕਿਲੋਮੀਟਰ ਹੈ ਜੋ ਭਾਰਤ ਦੇ ਬਿਹਾਰ ਸੂਬੇ ਦੇ ਮਧੂਬਣੀ ਜ਼ਿਲ੍ਹੇ ਦੇ ਵਿੱਚ ਪੈਂਦੇ ਜਯਾਨਗਰ ਨੂੰ ਨੇਪਾਲ ਦੇ ਮਹਾਤਰੀ ਜ਼ਿਲ੍ਹੇ ਦੇ ਕੂਰਥਾ ਦੇ ਨਾਲ ਜੋੜਦਾ ਹੈ ਇਸ ਰੇਲ ਲਿੰਕ ਦੇ ਨਿਰਮਾਣ ਉੱਪਰ 619 ਕਰੋੜ ਰੁਪਏ ਦੀ ਲਾਗਤ ਆਈ ਹੈ ਇਹਨਾਂ ਦੋਵਾਂ ਸ਼ਹਿਰਾਂ ਵਿਚਾਲੇ ਰੇਲ ਲਿੰਕ ਨੂੰ ਭਾਰਤ ਅਤੇ ਨੇਪਾਲ ਵਿਚਾਲੇ ਮਿੱਤਰਤਾ ਰੇਲ ਪ੍ਰੋਜੈਕਟ ਤਹਿਤ ਭਾਰਤੀ ਰੇਲਵੇ ਦੀ ਇਨਕੋ ਨਿਕਾਏ ਵੱਲੋਂ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਪੂਰੇ ਪ੍ਰੋਜ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਨੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਪੂਰਵੀ ਕੇਂਦਰੀ ਰੇਲਵੇ ਦੇ ਮੁਖ ਲੋਕ ਸੂਚਨਾ ਅਧਿਕਾਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਕੁਝ ਤਕਨੀਕੀ ਤੇ ਹੋਰ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਤੋਂ ਬਾਅਦ ਇਹ ਰੇਲ ਲਿੰਕ ਦੋਵੇਂ ਮੁਲਕਾਂ ਦਰਮਿਆਨ ਸੇਵਾਵਾਂ ਸ਼ੁਰੂ ਕਰ ਦੇਵੇਗਾ ਇਸ ਰੇਲ ਲਿੰਕ ਦੇ ਬਾਕੀ ਰਹਿੰਦੇ 34 ਕਿਲੋਮੀਟਰ ਦੇ ਟਰੈਕ ਨੂੰ ਦੋ ਗੇੜਾਂ ਦੇ ਵਿੱਚ ਬਣਾਇਆ ਜਾਵੇਗਾ ਜਿਸ ਵਿੱਚ 17 ਕਿਲੋਮੀਟਰ ਲੰਬਾ ਸੈਕਸ਼ਨ ਕੂਰਥਾ ਨੂੰ ਪਾਨਗਾਹਾ ਅਤੇ ਇੱਕ ਹੋਰ 17 ਕਿਲੋਮੀਟਰ ਲੰਬਾ ਸੈਕਸ਼ਨ ਪਾਨਗਾਹਾ ਨੂੰ ਵਰਤੀ ਬਾਸ ਦੇ ਨਾਲ ਜੋੜੇਗਾ ਭਾਰਤੀ ਰੇਲਵੇ ਵੱਲੋਂ ਜਯਾ ਨੰਦ ਕੁਰਥਾ ਰੇਲ ਲਿੰਕ ਦੇ ਲਈ ਨੇਪਾਲ ਨੂੰ ਦੋ ਆਦੋਨਿਕ ਡੀਈਐਮਯੂ ਰੇਲਾ ਉਪਲਬਧ ਕਰਵਾਈਆਂ ਗਈਆਂ ਨੇ ਇੰਡੀਅਨ ਪਨੋਰਮਾ ਨੇ ਬਵਿੰਜਵੀ ਕੁਮਾਂਤਰੀ ਭਾਰਤੀ ਫਿਲਮ ਉਤਸਵ ਦੇ ਲਈ ਨਾਮਜ਼ਦਗੀਆਂ ਦਾ ਸੱਦਾ ਦਿੱਤਾ ਹੈ ਇੰਡੀਅਨ ਪਨੋਰਮਾ ਕੁਮਾਂਤਰੀ ਫਿਲਮ ਉਤਸਵ ਦਾ ਫਲੈਗਸ਼ਿਪ ਆਗੈ ਜਿਸ ਤਹਿਤ ਸਮਕਾਲੀ ਵਿਪາກ ਦੀ ਫਿਲਮਾਂ ਦੀ ਫਿਲਮ ਕਲਾ ਦੇ ਲਈ ਚੋਣ ਕੀਤੀ ਜਾਂਦੀ ਹੈ ਇਸ ਵਾਰੀ ਗੋਆ ਦੇ ਵਿੱਚ ਹੋਣ ਵਾਲੇ ਫਿਲਮ ਉਤਸਵ ਦਾ ਬਵੰਜਵਾ ਆਡੀਸ਼ਨ 20 ਨਵੰਬਰ ਤੋਂ 28 ਨਵੰਬਰ ਤੱਕ ਚੱਲੇਗਾ ਇਸ ਉਤਸਵ ਦੇ ਵਿੱਚ ਦਾਖਲੇ ਦੇ ਲਈ ਅਰਜ਼ੀਆਂ ਆਨਲਾਈਨ ਪੇਜਾਂ ਦੀ ਆਖਰੀ ਤਾਰੀਖ 12 ਅਗਸਤ ਨਿਰਧਾਰਿਤ ਕੀਤੀ ਗਈ ਹੈ ਸ਼੍ਰੀਲੰਕਾ ਦੀ ਕੋਲੰਬੋ ਦੇ ਵਿੱਚ ਤਿੰਨ ਇੱਕ ਦਿਨਾ ਕਮਾਂਤਰੀ ক্রিকেট ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਦੇ ਫਰਕ ਦੇ ਨਾਲ ਹਰਾ ਕੇ ਆਪਣੀ ਨਾ ਕਰ ਲਿਆ ਹੈ ਕੋਲੰਬੋ ਦੇ ਪ੍ਰਿੰਦਾਸਾ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸ਼੍ਰੀਲੰਕਾ ਦੀ ਟੀਮ ਨੇ ਨਿਰਧਾਰਿਤ 50 ਓਵਰਾਂ ਦੇ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 220 ਦੌੜਾਂ ਬਣਾਈਆਂ ਸ਼੍ਰੀਲੰਕਾ ਵੱਲੋਂ ਸ੍ਰੀ ਗੁਰਨਾ ਰਤਨੇ ਨੇ ਸੱਤ ਤੋਂ ਵੱਧ ਨਾਬਾਤ 43 ਦੌੜਾਂ ਦਾ ਯੋਗਦਾਨ ਦਿੱਤਾ ਭਾਰਤ ਵੱਲੋਂ ਦੀਪਕ ਚਾਹ ਹੈ ਯੁਜਵਿੰਦਰ ਚਾਹਲ ਅਤੇ ਕੁਲਦੀਪ ਯਾਦਵ ਨੇ ਦੋ-ਦੋ ਬੱਲੇਬਾਜ਼ਾਂ ਨੂੰ ਆਊ ਕੀਤਾ ਜਦਕਿ ਹਾਰਦੀਕਰ ਤੇ ਕਰੂਨਲ ਪਾਂਡਿਆ ਨੇ ਇੱਕ-ਇੱਕ ਵਿਕਟ ਲਈ 263 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ਉਤਰੀ ਪਾਰਤੀ ਟੀਮ ਨੇ 37ਵੇਂ ਓਵਰ ਦੇ ਵਿੱਚ 3 ਵਿਕਟਾਂ ਗਵਾ ਕੇ ਆਸਾਨੀ ਦੇ ਨਾਲ ਟੀਚਾ ਹਾਸਲ ਕਰ ਲਿਆ। ਭਾਰਤ ਵੱਲੋਂ ਕਪਤਾਨ ਸ਼ਿਖਰਤਾਵਨ ਨੇ ਨਾ ਬਾਦ 86 ਦੌੜਾਂ ਬਣਾਈਆਂ। ਇਸ਼ਾਨ ਕਿਸ਼ਨ ਨੇ 59, ਪ੍ਰਿਥਵੀ ਸ਼ਾ ਨੇ 43 ਅਤੇ ਸੂਰਜ ਯਾਦਵ ਨੇ ਨਾ ਬਾਦ 31 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਅਤੇ ਸ਼੍ਰੀਲੰਕਾ ਵਿਚਾਲੀ ਦੂਜਾ ਇੱਕ ਦਿਨ ਕ੍ਰਿਕਟ ਮੈਚ ਪਲਕੀ ਕੋਲੰਬੋ ਦੇ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਬਿਲੀਟਨ ਖਤਮ ਹੁੰਦਾ ਹੈ। ਨਮਸਕਾਰ।